ਐਮੀ ਵਿਰਕ ਦੇ ਨਾਲ ਹਿੱਟ ਗਾਣਾ ਦਿੱਤਾ ਸੀਗਾ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਅਤਨੇ ਬਈਅਤ ਨੇ ਬਈਅਤ ਨੇ ਔਰ ਗਾਣਾ ਲੋਕਾਂ ਨੂੰ ਬੇਹੱਦ ਜ਼ਿਆਦਾ ਪਸੰਦ ਵੀ ਆਇਆ ਸੀ। ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਸ਼ਰਮਾ। ਜਿਸ ਗਾਣੇ ਦਾ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਉਸ ਦੇ ਵਿੱਚ ਐਮੀ ਵਿਰਕ ਦੇ ਨਾਲ ਨਜ਼ਰ ਆਏ ਸੀ ਭਿੰਦਾ ਔਜਲਾ ਅਤੇ ਭਿੰਦਾ ਔਜਲਾ ਹੁਣ ਵਾਪਸੀ ਕਰਨ ਜਾ ਰਹੇ ਨੇ ਬਾਲੀਵੁੱਡ ਦੇ ਵਿੱਚ ਆਪਣੇ ਨਵੇਂ ਗੀਤ ਫਿਊਚਰ ਦੇ ਨਾਲ, ਜਿਸ ਦੇ ਵਿੱਚ ਉਹਨਾਂ ਦਾ ਸਾਥ ਦੇਣਗੇ ਸੁਲਤਾਨ ਅਤੇ ਇਸ ਦਾ ਫਸਟ ਲੁੱਕ ਉਹਨਾਂ ਨੇ ਸਾਂਝਾ ਕੀਤਾ ਹੈ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ। ਇਹ ਗੀਤ ਲਿਖਿਆ ਕਿਸ ਨੇ ਅਤੇ ਮਿਊਜ਼ਿਕ ਇਸ ਦਾ ਹੋਏਗਾ, ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਰਿਪੋਰਟ ਦੇ ਵਿੱਚ। ਭਿੰਦਾ ਔਜਲਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਸੀਗਾ ਪਰ ਹੁਣ ਵਾਪਸੀ ਕਰਨ ਜਾ ਰਿਹਾ ਸੁਲਤਾਨ ਦੇ ਨਾਲ ਆਪਣੀ ਐਲਬਮ ਅਨਸਟੋਪੇਬਲ ਵੋਲਿਊਮ 1 ਦੇ ਰਾਹੀਂ ਅਤੇ ਇਸ ਦਾ ਗਾਣਾ ਫਿਊਚਰ ਬਹੁਤ ਹੀ ਜਲਦ ਰਿਲੀਜ਼ ਹੋ ਜਾਏਗਾ, ਜਿਸ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਭਿੰਦਾ ਔਜਲਾ ਪ੍ਰੋਡਕਸ਼ਨਸ। ਇਸ ਦੇ ਵਿੱਚ ਸੁਲਤਾਨ ਅਤੇ ਭਿੰਦਾ ਔਜਲਾ ਗਾਉਂਦੇ ਹੋਏ ਨਜ਼ਰ ਆਣਗੇ ਤੇ ਦੱਸ ਦਿਓ ਤੁਹਾਨੂੰ ਕਿ ਮਿਊਜ਼ਿਕ ਹੋਏਗਾ ਭਿੰਦਾ ਔਜਲਾ ਦਾ ਤੇ ਲਿਰਿਕਸ ਹੋਣਗੇ ਵਾਬੀ ਸਮਾਣਾ ਦੇ। ਹਾਲਾਂਕਿ ਗੀਤ ਰਿਲੀਜ਼ ਕਦ ਹੋਏਗਾ ਇਸ ਦੇ ਬਾਰੇ ਕੋਈ ਵੀ ਅਫੀਸ਼ੀਅਲ ਜਾਣਕਾਰੀ ਸਾਂਝੀ ਤਾਂ ਨਹੀਂ ਕੀਤੀ ਹੈ ਭਿੰਦਾ ਔਜਲਾ ਨੇ, ਜਸਟ ਇੰਨਾ ਲਿਖਿਆ ਹੈ ਕਮਿੰਗ ਸੂਨ ਅਤੇ ਇਸ ਪੋਸਟ ਨੂੰ ਸੁਲਤਾਨ ਦੇ ਵੱਲੋਂ ਵੀ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਬੇਹੱਦ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ। ਸੋ ਇਹ ਸੀਗਾ ਉਹ ਪੋਸਟਰ ਜੋ ਰਿਲੀਜ਼ ਕੀਤਾ ਗਿਆ ਭਿੰਦਾ ਔਜਲਾ ਅਤੇ ਸੁਲਤਾਨ ਦੇ ਵੱਲੋਂ। ਗਾਣੇ ਦਾ ਟਾਈਟਲ ਹੈ ਫਿਊਚਰ ਅਤੇ ਐਲਬਮ ਦਾ ਟਾਈਟਲ ਹੈ ਅਨਸਟੋਪੇਬਲ ਵੋਲਿਊਮ 1। ਦੇਖਣਾ ਇਹ ਹੋਏਗਾ ਕਿ ਸੁਲਤਾਨ ਅਤੇ ਭਿੰਦਾ ਔਜਲਾ ਜਦ ਇਕੱਠੇ ਆਉਣਗੇ ਤਾਂ ਕੀ ਧਮਾਲ ਮਚਾਉਣਗੇ। ਤੁਸੀਂ ਇਸ ਗਾਣੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਅਤੇ ਤੁਹਾਡਾ ਕੀ ਫੀਡਬੈਕ ਹੈ ਸਾਨੂੰ ਜ਼ਰੂਰ ਭੇਜਿਓ। ਓਪਨ ਚੈਲੇਂਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।